ਵੋਟ ਪਾਓਗੇ ਇਸ ਵਾਰ? ਵੋਟ ਪਾਵਾਂਗੇ ਅਸੀਂ ਇਹਨਾਂ ਆਮ ਆਦਮੀ ਪਾਰਟੀ ਨੂੰ, ਆਮ ਆਦਮੀ ਨੂੰ ਪਾਵਾਂਗੇ ਜੀ ਵੋਟ ਆਪਾਂ। ਆਮ ਪਾਰਟੀ ਵਾਲੇ ਚੰਗੇ ਲੱਗਦੇ ਆ। ਭਾਜੀ ਕਿਹੜਾ ਉਮੀਦਵਾਰ ਚੰਗਾ ਲੱਗਦਾ ਤੁਹਾਨੂੰ? ਭੁੱਲਰ। ਚਾਰ ਸਾਲ ਪਹਿਲਾਂ ਦੇ ਨਸ਼ੇ ਅਕਾਲੀਆਂ ਕਾਂਗਰਸੀਆਂ ਦੇ ਵੇਲੇ ਦੇ ਆਏ ਆ। ਆਖੀ ਨਾ ਆਮ ਆਦਮੀ ਪਾਰਟੀ ਲੈ ਗਈ, ਆਮ ਆਦਮੀ ਪਾਰਟੀ ਨੇ ਕਦੋਂ ਲਿਆਂਦਾ ਨਸ਼ੇ? ਸਾਰਿਆਂ ਨੂੰ ਇੱਕਜੁੱਟ ਹੋ ਕੇ ਇਕੱਠੇ ਹੋਣ ਦੀ ਲੋੜ ਹੈ ਜੀ। ਇਹੋ ਹੀ ਸਾਡਾ ਪੰਥ ਹੈ ਤੇ ਇਹੋ ਹੀ ਸਾਡਾ ਪੰਜਾਬ ਹੈ। ਕਿਹਨੂੰ ਦੋਗੇ ਵੀਰ ਜੀ ਵੋਟ? ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ। ਹਲਕਾ ਜੰਡਿਆਲਾ ਗੁਰੂ ਖਡੂਰ ਸਾਹਿਬ ਹਲਕਾ ਪੈਂਦਾ ਆ, ਸੋ ਇਸ ਜਗ੍ਹਾ 'ਤੇ ਹੋਟ ਸੀਟ ਦਾ ਮਸਲਾ ਬਣਿਆ ਹੋਇਆ। ਲੋਕਾਂ ਦੇ ਵਿਚਾਰ ਜਾਣਨ ਨਿਕਲੇ ਹਾਂ, ਆਮ ਵਰਗ ਦੇ ਲੋਕ ਕੀ ਸੋਚਦੇ ਨੇ, ਕਿਸ ਪਾਰਟੀ ਨੂੰ ਚੰਗਾ ਸਮਝਦੇ ਨੇ, ਸੋ ਜਾਣਾਂਗੇ। ਲੋਕਾਂ ਨਾਲ ਗੱਲਬਾਤ ਜਿਹੜੀ ਆ ਉਹ ਜਾਰੀ ਰੱਖਾਂਗੇ। ਭਾਜੀ ਕੀ ਨਾਮ ਤੁਹਾਡਾ? ਸਤਿ ਸ਼੍ਰੀ ਅਕਾਲ ਸਿੰਘ ਜੀ। ਕਿਹਨੂੰ ਵੋਟ ਪਾਓਗੇ ਇਸ ਵਾਰ? ਵੋਟ ਪਾਵਾਂਗੇ ਅਸੀਂ ਇਹਨਾਂ ਆਮ ਆਦਮੀ ਪਾਰਟੀ ਨੂੰ। ਆਮ ਆਦਮੀ ਪਾਰਟੀ? ਹਾਂਜੀ। ਲਾਲਜੀਤ ਸਿੰਘ ਭੁੱਲਰ ਨੇ? ਨਹੀਂ ਜੀ, ਅਸੀਂ ਇਹਨਾਂ ਆਮ ਆਦਮੀ ਪਾਰਟੀ, ਸਾਡੇ ਜੁੰਟ ਜਾਂਟ ਇਹਨੇ ਮਾਫ਼ ਕੀਤੇ। ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਖੜੇ ਨੇ। ਅੱਛਾ ਜੀ, ਉਹਨਾਂ ਨੂੰ ਵੋਟ ਦਿਓਗੇ? ਨਹੀਂ, ਆਮ ਆਦਮੀ ਪਾਰਟੀ ਦਾ ਹੀ ਇੱਕ ਬੰਦਾ ਹੋਵੇ, ਕਿਹੜਾ ਆਮ ਆਦਮੀ ਦਾ ਹੀ ਨੇ, ਤੇ ਉਹਨੂੰ ਪਾ ਦਾਂਗੇ, ਉਹਨੂੰ ਪਾਓਗੇ? ਹਾਂਜੀ। ਕੀ ਲਿਆਉਣਾ ਚਾਹੀਦਾ ਜੰਡਿਆਲਾ ਹਲਕੇ ਦੇ ਵਿੱਚ, ਕੀ ਇੱਥੇ ਚੰਗਿਆਈ ਚੀਜ਼ਾਂ ਹੋਣੀਆਂ ਚਾਹੀਦੀਆਂ? ਚੰਗਿਆਈਆਂ ਸਾਨੂੰ ਇਹੋ ਹੀ ਆ ਵੀ ਆ ਜਿਹੜਾ ਸਾਨੂੰ ਗਰੀਬਾਂ ਹੱਥੇ ਤੇ ਇਹੋ ਹੀ ਆ ਵੀ ਜਿਹੜਾ ਸਾਨੂੰ ਆਟਾ ਦਾਲ ਮਿਲਦਾ ਸੀ ਇਹ ਮਿਲਣਾ ਚਾਹੀਦਾ, ਇਹ ਨਹੀਂ ਦਿੰਦੇ ਸਹੀ ਤਰ੍ਹਾਂ। ਮਿਲਦਾ ਪਿਆ ਕਿ ਹੁਣ ਨਹੀਂ ਦਿੰਦੇ? ਆਖਦੇ ਕਾਰਡ ਕੱਟੇ, ਕਾਰਡ ਕੱਟੇ ਤੁਹਾਡੇ, ਤੁਸੀਂ ਵੋਟ ਇਹਨਾਂ ਨੂੰ ਹੀ ਦਿਓਗੇ? ਵੋਟ ਇਹਨਾਂ ਨੂੰ ਦੇਵਾਂਗੇ, ਪਰ ਇਹਨਾਂ ਨੂੰ ਆਖਾਂਗੇ ਨਾ ਵੀ ਇਹ ਕਰੋ ਤੁਸੀਂ। ਸੋ ਹੋਰ ਲੋਕਾਂ ਨਾਲ ਗੱਲਬਾਤ ਕਰਦੇ। ਭਾਅ ਜੀ ਕਿਹਨੂੰ ਪਾਓਗੇ ਵੋਟ ਇਸ ਵਾਰ? ਇਸ ਵੇਲੇ ਆਮ ਆਦਮੀ ਨੂੰ ਪਾਵਾਂਗੇ ਜੀ ਵੋਟ ਆਪਾਂ। ਪਹਿਲਾਂ ਕਿਹਨੂੰ ਦਿੱਤੀ ਸੀ ਵੋਟ ਜਦੋਂ ਹੋਈ? ਆਮ ਆਦਮੀ ਨੂੰ ਦਿੱਤੀ। ਚੰਗਾ ਲੱਗਦਾ ਕੰਮ ਜਿਹੜੇ 2 ਸਾਲਾਂ 'ਚ ਕੀਤੇ ਇਹਨਾਂ ਨੇ ਪਿਛਲੇ? ਕੰਮ ਤਾਂ ਬੜੇ ਚੰਗੇ ਕੀਤੇ ਆ, ਪਰ ਸਰਕਾਰ ਕੋਈ ਇੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ, ਰਾਸ਼ਨ ਕਾਰਡ ਚੰਗੀਆਂ ਜਿਹੜੇ ਚੰਗੇ ਘਰ ਵਾ ਉਹਨਾਂ ਦੇ ਕਾਰਡ ਚੱਲਦੇ ਰਹਿੰਦੇ ਆ, ਜਿਹੜੇ ਮਾੜੇ ਘਰ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਦੇ ਕਾਰਡ ਕੱਟ ਦਿੰਦੇ ਆ। ਇੱਦਾਂ ਕਿਉਂ? ਰਾਸ਼ਨ ਕਾਰਡ ਕੱਟ ਦਿੰਦੇ, ਇਹ ਪਿੱਛੇ ਉਹ ਸਰਕਾਰ ਨੇ ਕੱਟਤੇ, ਜਿਹੜਾ ਇੱਕ ਵਾਰੀ ਨੈਟ 'ਤੇ ਚੜ੍ਹ ਕੇ ਕੱਟਿਆ ਕਿੱਦਾਂ ਜਾ ਸਕਦਾ, ਉਹ ਕਾਰਡ ਕੱਟ ਦਿੰਦੇ ਸਾਡੇ ਦਿਹਾੜੀਦਾਰ ਬੰਦਾਂ ਨੇ। ਪਹਿਲਾਂ ਕਾਂਗਰਸ ਦੀ ਸਰਕਾਰ ਰਹੀ, ਅਕਾਲੀ ਦਲ ਦੀ ਸਰਕਾਰ ਰਹੀ ਹੈ, ਪਹਿਲਾਂ ਆਈਆਂ ਮੁਸ਼ਕਲਾਂ ਕਦੇ? ਅਕਾਲੀ ਦਲ ਦੇ ਵਿੱਚ ਵੀ ਠੀਕ ਰਿਹਾ ਵਾ, ਐਵੇਂ ਕਹੀਏ ਤੁਹਾਨੂੰ, ਉਦੋਂ ਵੀ ਕਣਕ ਸਾਨੂੰ ਮਿਲਦੀ ਰਹੀ ਆ, ਬੜਾ ਠੀਕ ਰਹੇ। ਫਿਰ ਵੀ ਵੋਟ ਆਮ ਆਦਮੀ ਪਾਰਟੀ ਨੂੰ ਪਾਣੀ ਆ? ਆਰਮਾਨ ਮਿਨੀਮ ਪਾਵਾਂਗੇ ਵੀ ਕੰਮ ਚੰਗੇ ਕੀਤੇ, ਅੱਗੇ ਵੀ ਸਾਨੂੰ ਚੰਗਾ ਸਾਰਾ ਸਹੂਲਤ ਸਾਨੂੰ ਚੰਗੀਆਂ ਮਿਲਣ। ਹਾਂਜੀ, ਬਿਲਕੁਲ। ਹੋਰ ਲੋਕਾਂ ਨਾਲ ਜਿਹੜੀ ਗੱਲਬਾਤ ਆ ਉਹ ਜਾਰੀ ਰੱਖਾਂਗੇ ਕਿ ਲੋਕ ਇਸ ਦੇ ਬਾਰੇ ਕੀ ਸੋਚਦੇ ਹੈਗੇ ਨੇ। ਸੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ, ਕਿੰਨਾ ਤੁਹਾਡਾ? ਕਿਹਨੂੰ ਵੋਟ ਪਾਓਗੇ ਦੱਸ ਦਿਓ? ਚੰਗਾ ਕਿਹੜਾ ਉਮੀਦਵਾਰ ਚੰਗਾ ਲੱਗਦਾ? ਆਮ ਪਾਰਟੀ ਵਾਲੇ ਚੰਗੇ ਲੱਗਦੇ ਆ। ਆਮ ਪਾਰਟੀ ਵਾਲੇ, ਉਹਨਾਂ ਨੂੰ ਦਿਓਗੇ? ਹਾਂਜੀ। ਅੱਛਾ ਬਾਪੂ ਜੀ ਕਿਹਨੂੰ ਹੋਗੇ ਵੋਟ ਇਸ ਵਾਰ, ਕਿਹੜਾ ਉਮੀਦਵਾਰ ਚੰਗਾ ਸਮਝਦੇ ਹੋ? ਸਮਝਦੇ ਹੋ ਅੱਗੇ ਝਾੜੂਗਾ ਭਾਈ, ਹੁਣ ਫਿਰ ਪਾਵਾਂਗੇ। ਕੀ ਲੱਗਦਾ ਕਿ ਇੱਥੇ ਕੰਮ ਹੋਣੇ ਚਾਹੀਦੇ, ਜਿਵੇਂ ਰੁਜ਼ਗਾਰ ਘਟਦਾ ਜਾ ਰਿਹਾ, ਨੌਜਵਾਨ ਆਪਣੇ ਪੰਜਾਬ ਤੋਂ ਬਾਹਰ ਜਾ ਰਿਹਾ, ਵਿਦੇਸ਼ਾਂ 'ਚ ਜਾ ਰਿਹਾ ਪੜ੍ਹਨ ਲਈ, ਇਹ ਚੀਜ਼ਾਂ ਕਿਤੇ ਨਾ ਕਿਤੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਇਹ ਚੀਜ਼ਾਂ ਘੱਟ ਜਾਣਗੀਆਂ, ਬੰਦ ਹੋ ਜਾਣਗੀਆਂ, ਪਰ ਉਹ ਦੌਰ ਤੇ ਹਜੇ ਵੀ ਚੱਲਦਾ, ਚੱਲਣ ਡਿਆ, ਲੋਕ ਬਾਹਰ ਨੂੰ ਭੱਜੀ ਜਾਣ ਡਿਆ, ਇੱਥੇ ਕਾਰੋਬਾਰ ਉਹਦੇ ਕੋਈ ਜਾਵੇ ਨਾ, ਕੀ ਲੋੜ ਬਾਹਰ ਜਾਣ ਦੀ, ਇਹ ਗੱਲ। ਹਾਂ, ਬਾਕੀ ਮੰਗਾਂ ਇੱਕ ਦੋ ਹੈਗੀਆਂ, ਉਹਨਾਂ ਕੀਤੀਆਂ ਨੇ ਪੂਰੀਆਂ, ਜੇ ਨਾ ਪੈਸੇ ਵਧਾਈ ਹੈ ਅਤੇ ਨਾ ਉਹਨੇ ਆਪਣਾ ਰਸੋਈ ਖਰਚਾ ਦਿੱਤਾ, ਹਜੇ 1000 ਰੁਪਇਆ ਬੀਬੀਆਂ ਨੂੰ ਦੇਣਾ ਹੈ ਜੀ, ਉਹ ਵੀ ਨਹੀਂ ਆਇਆ। ਹਾਂਜੀ 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 ਹਾਂਜੀ, ਇਹੋ ਹੀ ਕਮੀਆਂ ਇੱਕ ਦੋ ਹੈਗੀਆਂ, ਉਹਨਾਂ 'ਚ ਹੋਰ ਕੀ ਆ। ਤੁਸੀਂ ਕਿਹਨੂੰ ਦਿਓਗੇ ਵੀਰ ਜੀ ਵੋਟ? ਨਹੀਂ, ਆਮ ਆਦਮੀ ਪਾਰਟੀ। ਵਧੀਆ ਲੱਗਦੇ ਨੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਇਸ ਜਗ੍ਹਾ ਤੋਂ? ਹਾਂਜੀ ਵਧੀਆ ਜੀ, ਬਾਕੀ ਪਤਾ ਕੀ ਆ, ਕੰਮ ਕਾਰ ਤਾਂ ਆਪਣੀ ਆ, ਆਪਣੀ ਸਿਰ ਦਰਦੀ ਆ। ਅੱਜ ਕੱਲ੍ਹ ਛੁੱਟੀ ਕਾਰਟ ਆਈਆਂ ਵਾ, ਬਣਾਓ ਖਾਣ ਪੀਣ ਦੀ, ਜਿੱਥੇ ਮਰਜ਼ੀ ਲਾ ਦਿਓ,
ਸੋ ਬਿਲਕੁਲ ਹੋਰ ਲੋਕਾਂ ਨਾਲ ਜਿਹੜੀ ਗੱਲਬਾਤ ਹੈ ਉਹ ਜਾਰੀ ਰੱਖਾਂਗੇ ਕਿ ਲੋਕ ਕੀ ਸੋਚਦੇ ਹੈਗੇ ਨੇ। ਭਾਅ ਜੀ ਕਿਹੜਾ ਉਮੀਦਵਾਰ ਚੰਗਾ ਲੱਗਦਾ ਤੁਹਾਨੂੰ ਹਲਕੇ ਤੋਂ? ਭੁੱਲਰ, ਲਾਲਜੀਤ ਸਿੰਘ ਭੁੱਲਰ। ਲਾਲਜੀਤ ਸਿੰਘ ਭੁੱਲਰ, ਕੀ ਲੱਗਦਾ ਹੈ ਕਿ ਜਿਹੜੇ ਕੰਮ ਚੰਗੇ ਹੋਣੇ ਚਾਹੀਦੇ ਆ, ਕਿਉਂ ਉਮੀਦਵਾਰ ਚੰਗਾ ਲੱਗਦਾ ਹੈ? ਹਾਂਜੀ ਜੀ, ਕੰਮ ਲੱਗ ਲੱਗ ਹੁਣ ਚੰਗੇ ਹੋ ਰਹੇ ਆ, ਲਾਈਟਾਂ ਲੂਟਾਂ ਲੱਗ ਰਹੀਆਂ ਬਾਜ਼ਾਰ 'ਚ, ਸਾਰੇ ਕੰਮ ਵਧੀਆ ਹੋ ਰਹੇ ਆ, ਬਾਕੀ ਗਾਂ ਵੀ ਕਰਨ ਜੇ ਗਾਂ ਵੀ ਜਿੱਤਣਗੇ। ਅੱਛਾ ਭਾਅ ਜੀ, ਤੁਸੀਂ ਕਿਹਨੂੰ ਦੋਗੇ ਵੋਟ ਇਸ ਵਾਰ, ਕਿਹੜਾ ਉਮੀਦਵਾਰ ਚੰਗਾ ਹੈ? ਝਾੜੂ ਵਾਲੇ ਵੀਰ ਜੀ, ਲਾਲਜੀਤ ਭੁੱਲਰ ਸਿੰਘ। ਕੀ ਲੱਗਦਾ ਹੈ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਤੁਹਾਡੇ ਹਲਕੇ 'ਚ? ਬਹੁਤ ਵਧੀਆ ਡਿਵੈਲਪਮੈਂਟ ਹੋਣ ਡਈ ਆ, ਹੁਣ 2 ਸਾਲ ਦੇ ਵਿੱਚ ਕੀ ਕੁਛ ਕਰ ਦਿੱਤਾ ਉਹਨਾਂ ਨੇ, ਆਮ ਪਬਲਿਕ ਨੂੰ ਪਤਾ ਹੀ ਨਹੀਂ ਹੈਗਾ। ਹੁਣ ਵੇਖਿਆ ਜਾਵੇ ਤਾਂ ਆਮ ਘਰਾਂ ਤੋਂ ਲੈ ਕੇ ਅਤੇ ਅਮੀਰ ਘਰਾਂ ਦੀਆਂ ਸਾਰਿਆਂ ਦੀਆਂ 600 ਯੂਨਿਟ ਮਾਫ ਹੈਗੇ ਆ, ਠੀਕ ਹੈ ਨਾ। ਕਿਸੇ ਵੀ ਆਪਾਂ ਸਰਕਾਰੀ ਜਾਂਦੇ ਹਾਂ ਅਦਾਰੇ ਦੇ ਵਿੱਚ ਸਾਡੇ ਕੰਮ ਹੁੰਦੇ ਆ, ਹੋਰ ਆਪਾਂ ਨੂੰ ਪਬਲਿਕ ਨੂੰ ਕੀ ਚਾਹੀਦਾ? ਇਹਦੇ 2 ਸਾਲ ਹੋਏ ਆ, 70 ਸਾਲਾਂ ਦਾ ਪਿਛਲਾ ਰਿਕਾਰਡ ਚੈੱਕ ਕੀਤਾ ਜਾਵੇ ਤਾਂ ਉਹਨਾਂ ਨੇ ਕੀ ਕੀਤਾ ਹੈਗਾ? ਹੁਣ 2 ਸਾਲ ਦੇ ਵਿੱਚ ਦਾ ਰਿਕਾਰਡ ਚੈੱਕ ਕਰੋ, 70 ਸਾਲ ਦੇ ਮੁਕਾਬਲੇ ਤੋਂ ਵੱਧ ਹੋ ਗਿਆ ਇਹਨਾਂ ਦਾ। ਲੋਕਾਂ ਦਾ ਅਜੇ ਵੀ ਕਹਿਣਾ ਕਿ ਜਿਹੜੇ ਇਸ ਜਗ੍ਹਾ ਦੇ ਮੁੱਦੇ ਹੈਗੇ ਨਸ਼ੇ ਦੇ ਲੈ ਕੇ ਜਾਂ ਇਸ ਜਗ੍ਹਾ ਦੇ ਲੁੱਟਾਂ ਖੋਹਾਂ ਬਹੁਤ ਹੋ ਰਹੀਆਂ, ਉਸ ਨੂੰ ਕਿੱਦਾਂ ਠੱਲ ਪਾਈ ਜਾ ਸਕਦੀ ਜਾਵੇ? ਤੇ 2 ਸਾਲ ਦੇ ਵਿੱਚ ਵੀਰ ਜੀ ਇਹਨਾਂ ਨੇ ਲਿਆਂਦੇ ਨਹੀਂ ਆਪ ਨਸ਼ੇ, ਨਸ਼ੇ ਪਹਿਲਾਂ ਦੇ ਆਏ ਆ। ਜੇ ਆਪਾਂ ਇੱਕ ਪੰਜਾਬੀ ਹੋਣ ਦੇ ਨਾਤੇ ਚੀਜ਼ਾਂ ਵੇਖੀਏ ਨਾ, 70 ਸਾਲ ਪਹਿਲਾਂ ਦੇ ਨਸ਼ੇ ਅਕਾਲੀਆਂ ਕਾਂਗਰਸੀਆਂ ਦੇ ਵੇਲੇ ਦੇ ਆਏ ਆ। ਆਖੀਏ ਨਾ ਆਮ ਆਦਮੀ ਪਾਰਟੀ ਲੈ ਗਈ, ਆਮ ਆਦਮੀ ਪਾਰਟੀ ਨੇ ਕਦੋਂ ਲਿਆਂਦਾ ਨਸ਼ੇ? ਆਪਾਂ ਲਿਆਉਣ ਦੀ ਗੱਲ ਨਹੀਂ ਕਰਦੇ ਪਏ, ਆਪਾਂ ਗੱਲ ਕਰਦੇ ਪਏ ਹਾਂ ਕਿ ਜਿਸ ਤਰੀਕੇ ਨਾਲ ਵਾਅਦੇ ਕੀਤੇ ਗਏ ਸੀਗੇ ਕਿ ਆਉਣ ਵਾਲੇ ਸਾਲ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ, 31 ਦਸੰਬਰ ਤੱਕ ਨਸ਼ਾ ਖਤਮ ਹੋ ਜਾਏਗਾ, ਸੋ ਉਹ ਵਾਅਦੇ ਵੀ ਕਿਤੇ ਨਾ ਕਿਤੇ ਪੂਰੇ ਕਰਨੇ ਚਾਹੀਦੇ ਨੇ। ਉਹ ਹੁਣ ਇਲੈਕਸ਼ਨ ਹੋ ਜੂਗੀ ਨਾ, ਮੇਰੇ ਦੇ ਹਿਸਾਬ ਦੇ ਨਾਲ, ਕਿਉਂਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਨਾਲ ਹੀ ਹਾਂ ਸ਼ੁਰੂ ਤੋਂ, ਪਹਿਲੀਆਂ ਵੋਟਾਂ ਤੋਂ ਅਤੇ ਹੋਣ ਦੀਆਂ ਤੋਂ ਵੀ, ਬਾਕੀ ਮੇਰੇ ਖਿਆਲ ਦੇ ਨਾਲ ਕਿ ਆਹ ਜਿਹੜੀ ਇਲੈਕਸ਼ਨ ਆਪਣੀ ਲੰਘ ਗਈ ਨਾ, ਇਸ ਤੋਂ ਬਾਅਦਾਂ ਇਹ ਜ਼ਰੂਰ ਠੱਲ ਪਊਗੀ। ਕੀ ਲੱਗਦਾ ਕਿੰਨਾ ਕੁ ਸਮਾਂ ਲੱਗੂਗਾ ਹੋਰ ਇਸ ਸਰਕਾਰ ਨੂੰ? ਜ਼ਿਆਦਾ ਨਹੀਂ ਲੱਗੂਗਾ, ਥੋੜ੍ਹੇ ਦੇ ਵਿੱਚ ਹੀ ਸਰ ਜਾਣਾ ਹੈ, ਕਿਉਂਕਿ ਇਹ ਸਾਰਾ ਜਿਹੜਾ ਹੈਗਾ ਨਾ, ਇਹ ਓਪੋਜੀਸ਼ਨ ਪਾਰਟੀਆਂ ਕੰਮ ਨਹੀਂ ਕਰਨ ਦੇਣਗੀਆਂ, ਜੇ ਵੇਖਿਆ ਜਾਵੇ ਤਾਂ ਕੰਮ ਕਰਨ ਦਿਓ। ਮੈਂ ਤਾਂ ਕਹਿੰਦਾ ਹੁੰਦਾ ਗੁਰੂ ਰਾਮਦਾਸ ਨੇ ਜੇ ਵਡਿਆਈ ਬਖਸ਼ੀ ਨਾ ਕੁਰਸੀ ਦਿੱਤੀ ਆ, ਉਹਦਾ ਗਲਤ ਉਪਯੋਗ ਨਾ ਕਰੋ। ਜੇ ਇਹਨਾਂ ਨੂੰ ਵਡਿਆਈ ਬਖਸ਼ ਦਿੱਤੀ ਆ, 70 ਸਾਲ ਤੁਸੀਂ ਆਪਣਾ ਵਧੀਆ ਭੋਗ ਲਿਆ, ਸਾਰਾ ਕੁਝ ਕੁਰਸੀ ਦਾ ਸਾਰਾ ਕੁਝ ਕਰ ਲਿਆ ਵਾ, ਹੁਣ ਇਹਨਾਂ ਨੂੰ ਕੰਮ ਕਰਕੇ ਇੱਕ ਵਾਰੀ ਵੇਖ ਲਓ, ਜੇ ਕੰਮ ਵਧੀਆ ਕਰਦੇ ਆ ਨਾ ਤੇ ਫਿਰ ਗੁੱਡ ਵਿਲ ਆ। ਜਿਸ ਤਰ੍ਹਾਂ ਹੁਣ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਵੀ ਜੇ ਅਸੀਂ ਕੰਮ ਕੀਤੇ ਤਾਂ ਵੋਟ ਪਾਇਓ, ਤੇ ਜੇ ਇਹ ਵੀ ਕੰਮ ਕਰਨਗੇ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਪਾਵਾਂਗੇ ਇਹਨਾਂ ਨੂੰ। ਅਧਿਕਾਰ ਆ, ਹਰ ਇੱਕ ਲੋਕ ਆਪਣਾ ਅਧਿਕਾਰ ਸਮਝ ਕੇ ਵੋਟ ਹਰ ਜਿਹਨੂੰ ਮਰਜ਼ੀ ਦੇ ਸਕਦੇ। ਅਸੀਂ ਤੇ ਆਪ ਇਹੋ ਗੱਲ ਕਹਿੰਦੇ ਆ ਵੀ ਭਲਿਓ ਲੋਕੋ, ਜੇ ਤੇ ਵੇਖੋ ਕੰਮ ਕਰਦੇ ਆ ਨਾ ਆਮ ਆਦਮੀ ਪਾਰਟੀ ਵਾਲੇ, ਹੁਣ ਸਾਡੇ ਈਡੀਓ ਸਾਹਿਬ ਇੱਥੋਂ ਦੇ ਆ, ਜੰਡਿਆਲਾ ਗੁਰੂ ਹਲਕੇ ਦੇ ਮੰਤਰੀ ਆ। ਭਾਅ ਜੀ ਕੋਈ ਵੀ ਕੰਮ ਆ ਨਾ, ਮੈਂ ਨਾ ਕਿਸੇ ਦਾ ਜੇ ਰੁਕਿਆ ਕੰਮ ਆ ਤੇ ਮੈਂ ਹੀ ਇੱਥੇ ਬੈਠਾ, ਮੇਰੇ ਕੋਲ ਵੀ ਆਣ ਕੇ ਕਈ ਕਹਿਣਗੇ ਭਾਅ ਜੀ ਆਹ ਕੰਮ ਹੈਗਾ, ਕਰਾਈਦੇ ਆ ਲੋਕਾਂ ਦੇ ਕੰਮ ਜਿੰਨੇ ਕੁ ਜੋਗੇ ਹੈਗੇ ਆ, ਪਰ ਕਦੀ ਉਧਰੋਂ ਦਫ਼ਤਰੋਂ ਕਿਸੇ ਨੂੰ ਨਾਂ ਨਹੀਂ ਹੋਈ ਹਜੇ ਤੱਕ। ਜਿਹੜੇ ਪਹਿਲੇ ਮੰਤਰੀ ਰਹੇ ਕੋਈ ਵੀ ਗੇੜਾ ਨਹੀਂ ਮਾਰਦੇ, ਹਰਭਜਨ ਸਿੰਘ ਈਡੀਓ ਫਿਰ ਵੀ ਚੱਕਰ ਮਾਰਦੇ ਰਹਿੰਦੇ। ਮੈਂ ਨਾ ਜੀ ਭਾਅ ਜੀ ਦੇ ਇੰਨਾ ਕੁ ਵਧੀਆ ਸੁਭਾਅ ਆ ਨਾ, ਚੱਲ ਜਾਈਏ ਨਾ 6-7 ਥਾਣੀ ਵੇਖ ਲੈਣ ਨਾ ਵੀ ਉਹ ਜ਼ਿਆਦਾ ਚਿਰ ਹੋ ਗਿਆ ਖਲੋਤਿਆਂ ਨੂੰ, ਉਹਨਾਂ ਨੂੰ ਆਵਾਜ਼ ਮਾਰ ਕੇ ਅੰਦਰ ਸੱਦਣਗੇ ਵੀ ਆਓ ਕਿਹੜੇ ਕੰਮ ਆਏ ਜੇ। ਫਿਰ ਸਾਡੇ ਇੱਥੋਂ ਦੇ ਸੂਬੇਦਾਰ ਸ਼ਨਾਖ ਸਿੰਘ ਚੇਅਰਮੈਨ ਸਾਹਿਬ ਮਾਰਕੀਟ ਕਮੇਟੀ ਦੇ, ਉਹ ਵੀ ਆਪਣਾ ਏਰੀਆ ਵਧੀਆ ਸਾਂਭਣ ਡਏ, ਉਹ ਵੀ ਕੰਮ ਪੂਰਾ ਕਰਨ ਡਏ। ਫਿਰ ਮੰਤਰੀ ਦੇ ਭਾਅ ਜੀ ਜਿਹੜੇ ਛੋਟੇ ਭਰਾ ਵਾ ਉਹਨਾਂ ਦੇ, ਉਹ ਵੀ ਪੂਰਾ ਡਏ ਆ ਸਹਿਯੋਗ ਦੇਣ ਸਾਰੇ ਲੋਕਾਂ ਨੂੰ। ਹੋਰ ਭਾਅ ਜੀ ਕੀ ਚਾਹੀਦਾ, ਕੰਮ ਹੀ ਹੁੰਦੇ ਆ, ਜੇ ਆਪਾਂ ਕਹੀਏ ਵੀ ਸਾਡੇ ਕੰਮ ਨਹੀਂ ਹੁੰਦੇ, ਮੈਂ ਤਾਂ ਕਹਿੰਦਾ ਕੰਮ ਹੁੰਦਾ ਕਿਹੜਾ ਵਾ, ਕੰਮ ਤਾਂ ਸਾਰੇ ਨੋਰਮਲੀ ਹੋਣ ਡਏ ਆ, ਪਿਛਲੀਆਂ ਸਰਕਾਰਾਂ ਨਾਲੋਂ ਵਧੀਆ ਹੋਣ ਡਏ ਆ। ਟੱਕਰ ਕਿਹਦੀ ਸਮਝਦੇ ਹੋ ਲਾਲਜੀਤ ਸਿੰਘ ਭੁੱਲਰ ਉਹਨਾਂ ਦੀ, ਕਿਹੜੇ ਉਮੀਦਵਾਰ ਨੂੰ ਸਮਝਦੇ ਹੋ? ਜੀਰੇ ਦੇ ਨਾਲ ਆ। ਹਾਂਜੀ, ਅੰਮ੍ਰਿਤਪਾਲ ਸਿੰਘ ਵੀ ਹੈਗੇ। ਅੰਮ੍ਰਿਤਪਾਲ ਦਾ ਵੇਖੋ ਜੀ, ਆਪਣੇ ਜੇ ਕਹੀਏ ਨਾ ਠੋ ਕੇ ਅਸੀਂ ਵੀ ਸਰਦਾਰ ਹੈਗੇ ਹਾਂ, ਆਪਣੇ ਆਹ ਜਿਹੜਾ ਜੰਡਿਆਲਾ ਹਲਕਾ ਹੈਗਾ ਨਾ ਇਹਦੇ ਵਿੱਚ ਹੀ ਆ, ਦੂਸਰੇ 9 ਹਲਕੇ ਆ ਆਪਣੇ, 8 ਹਲਕਿਆਂ ਦੇ ਵਿੱਚ ਨਹੀਂ ਹੈਗਾ, ਕਿਉਂਕਿ ਜਿਹੜਾ ਯੂਥ ਆ ਨਾ ਆਪਣੇ ਮੁੰਡੇ ਆ ਜਿਹੜੇ ਸਰਦਾਰ ਹੈ ਜਿਸ ਤਰ੍ਹਾਂ ਕਹਿ ਦਈਏ, ਉਹਨਾਂ ਦੇ ਵਿੱਚ ਥੋੜ੍ਹਾ ਜਿਹਾ ਹੈਗਾ। ਮੈਂ ਤਾਂ ਚਲੋ ਹੁਣ ਇਹਦੇ ਬਾਰੇ ਮੈਂ ਕੋਈ ਜ਼ਿਆਦਾ ਨਹੀਂ ਗੱਲ ਕਰਨੀ ਚਾਹੁੰਦਾ,
ਬਟ ਇਹ ਹੈ ਸਾਹਿਬ ਹਲਕੇ ਜਿੰਨੇ ਸਰਵੇ ਹੋਏ ਆ ਸਾਰੇ ਉੱਥੇ ਨਾਮ ਰਿਪੋਰਟ ਅੰਮ੍ਰਿਤਪਾਲ ਸਿੰਘ ਦੀ ਨਿਕਲ ਕੇ ਆ ਰਹੀ ਹੈ। ਚਲੋ ਵਾਹਿਗੁਰੂ ਆਉਣ ਵਾਲਾ ਟਾਈਮ ਦੱਸੂਗਾ ਕਿਸ ਤਰ੍ਹਾਂ ਦਾ ਹੈਗਾ, ਆਪੋ ਆਪਣੇ ਸਾਰਿਆਂ ਦਿਲਾਂ ਦੇ ਵਿੱਚ ਕੀ ਹੈਗਾ ਕਿਸੇ ਨੇ ਕੋਈ ਨਹੀਂ ਕੁਝ ਦੱਸਦਾ। ਕਿ ਹਰ ਇੱਕ ਉਮੀਦਵਾਰ ਦਾ ਖਾਸਾ ਜ਼ੋਰ ਇਸ ਗਰਾਊਂਡ ਦੇ ਵਿੱਚ ਲੱਗਾ ਹੋਇਆ ਵਾ। ਭਾਜੀ ਕਿਹਨੂੰ ਦੋਗੇ ਤੁਸੀਂ ਵੋਟ? ਇਸ ਆਮ ਆਦਮੀ ਪਾਰਟੀ ਲਾਲਜੀਤ ਸਿੰਘ ਭੁੱਲਰ। ਤੁਸੀਂ ਕਿਹਨੂੰ ਦੋਗੇ ਭਾਜੀ ਵੋਟ? ਆਮ ਆਦਮੀ ਪਾਰਟੀ ਸਰ। ਕਿਉਂ ਉਮੀਦਵਾਰ ਚੰਗਾ ਲੱਗਦਾ ਹੈ ਲਾਲਜੀਤ ਸਿੰਘ ਭੁੱਲਰ ਕਿਉਂ ਚੰਗੇ ਲੱਗਦੇ ਨੇ? ਕਾਫੀ ਹਲਕੇ ਦੇ ਕੰਮ ਕੀਤੇ ਉਹਨਾਂ ਨੇ, ਮੰਤਰੀ ਸਾਹਿਬ ਹਰਪ੍ਰੀਤ ਸਿੰਘ ਈਟੀਓ ਨੇ ਕਾਫੀ ਹਲਕੇ ਕੰਮ ਹੋਏ ਨੇ ਤਾਂ ਕਰਕੇ ਕਦੇ ਲੱਗਦਾ ਕਿ ਜਿਸ ਤਰੀਕੇ ਨਾਲ ਹੋਰ ਕੰਮ ਕੀਤੇ ਉਹਨਾਂ ਨੂੰ ਹੋਰ ਕਰਨਗੇ, ਬੇਰੁਜ਼ਗਾਰੀ ਘਟੇਗੀ, ਰੁਜ਼ਗਾਰ ਲੈ ਕੇ ਆਉਣਾ ਚਾਹੀਦਾ ਹੈ। ਨਹੀਂ ਕੰਮ ਵਾ ਕਾਫੀ ਹੋ ਰਹੇ ਬਸ। ਕਿਹਨੂੰ ਦੋਗੇ ਵੀਰ ਜੀ ਵੋਟ? ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ। ਕਾਰਨ ਕਿਉਂ ਦੇਣੀ ਚਾਹੀਦੀ? ਕਾਰਨ ਇਹ ਹੈ ਕਿ ਉਹਨਾਂ ਦੇ ਆਉਣ ਦਾ ਪੰਜਾਬ 'ਚ ਨਸ਼ਾ ਹੋਇਆ ਸੀ, ਕੰਟਰੋਲ ਸਰਕਾਰ ਨੇ ਚੁੱਕ ਕੇ ਜੇਲ੍ਹ। ਸੋ ਜਿਵੇਂ ਗੱਲ ਕੀਤੀ ਸੀਗੀ ਕਿ ਹਰ ਇੱਕ ਉਮੀਦਵਾਰ ਜਿਹੜਾ ਆ ਮੈਦਾਨ ਦੇ 'ਚ ਉਤਰ ਕੇ ਪ੍ਰਚਾਰ ਕਰ ਰਿਹਾ, ਭਾਜੀ ਕਿੱਦਾਂ ਪ੍ਰਚਾਰ ਕਰ ਰਹੇ? ਬਿਲਕੁਲ ਜੀ। ਕਿਉਂ ਕੀ ਲੱਗਦਾ ਇਸ ਵਾਰ ਕੀ ਚੰਗਾ ਕਰ ਸਕਦੇ ਨੇ ਭਾਈ ਅੰਮ੍ਰਿਤਪਾਲ ਸਿੰਘ? ਬਿਲਕੁਲ ਚੰਗਾ, ਅੱਗੇ ਵੀ ਚੰਗਾ ਕੀਤਾ ਤੇ ਹੁਣ ਵੀ ਚੰਗਾ ਕਰਨਗੇ ਜੀ। ਦਿਖਾਓਗੇ ਕਿਹੜੇ ਪੋਸਟਰ ਹੈਗੇ ਨੇ, ਕੀ ਹੈਗਾ ਦੱਸੋਗੇ? ਸੋ ਬਿਲਕੁਲ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਆ। ਪੰਥ ਪੰਜਾਬ ਦਾ ਪਹਿਰੇਦਾਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਚੋਣ ਨਿਸ਼ਾਨ ਮਾਈਕ ਹੈਗਾ ਆ, ਆਜ਼ਾਦ ਉਮੀਦਵਾਰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜਾ ਆ ਚੋਣ ਲੜਨ ਜਾ ਰਹੇ ਨੇ। ਸੋ ਇੱਥੇ ਇੱਕ ਵੋਟਿੰਗ ਮਸ਼ੀਨ ਦੀ ਜਿਹੜੀ ਆ ਤਸਵੀਰ ਵੀ ਬਣੀ ਆ 12 ਨੰਬਰ 'ਤੇ, ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਜਿਹੜਾ ਆ ਮਾਈਕ ਦਾ ਲੋਗੋ ਆ ਉਹ ਲੱਗਾ ਹੋਇਆ। ਕਿੱਦਾਂ ਦਾ ਹੰਗਾਰਾ ਮਿਲ ਰਿਹਾ ਵੀਰ ਜੀ ਹਰ ਇੱਕ ਹਲਕੇ? ਬਹੁਤ ਵਧੀਆ ਵੀਰ ਜੀ, ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ। ਸਾਰਿਆਂ ਨੂੰ ਇਕਜੁੱਟ ਹੋ ਕੇ ਇਕੱਠੇ ਹੋਣ ਦੀ ਲੋੜ ਹੈ ਜੀ। ਇਹੋ ਹੀ ਸਾਡਾ ਪੰਥ ਹੈ ਅਤੇ ਇਹੋ ਹੀ ਸਾਡਾ ਪੰਜਾਬ ਹੈ, ਇਹੋ ਹੀ ਸਾਡਾ ਪੰਜਾਬ ਹੈ। ਇਸ ਵਾਰ ਲੱਗਦਾ ਜਿੱਤ ਹੋ ਸਕਦੀ ਹੈ ਜਿਸ ਤਰੀਕੇ ਨਾਲ ਹੰਗਾਰਾ? 100% ਜਿੱਤਿਆ ਜੀ, ਸਾਰਿਆਂ ਦਾ ਸਾਥ ਹੋਊਗਾ ਵੀਰਾਂ ਦਾ, 100% 101% ਜਿੱਤਿਆ ਜੀ। ਬਾਬਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕਿੰਨਾ ਤੁਹਾਡਾ? ਅਵਤਾਰ ਸਿੰਘ। ਕਿੰਨਾ ਕੁ ਹੰਗਾਰਾ ਮਿਲ ਰਿਹਾ ਅੱਜ ਅਲੱਗ ਅਲੱਗ ਹਲਕਿਆਂ 'ਚੋਂ ਜਾ ਰਹੇ ਹੋ, ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਲੈ ਕੇ ਕਿੱਦਾਂ ਦਾ ਸਪੋਰਟ ਮਿਲ ਰਿਹਾ? ਵਧੀਆ ਵਧੀਆ, ਚੜ੍ਹਦੀ ਕਲਾ। ਚੜ੍ਹਦੀ ਕਲਾ? ਹਾਂ, ਚੜ੍ਹਦੀ ਕਲਾ 'ਚ ਰਹਿਣਾ। ਲੱਗਦਾ ਜਿਵੇਂ ਪਹਿਲਾਂ ਖਾਲਸਾ ਵਿਖਰਾਂ ਨਿਕਲਦੀਆਂ ਸੀਗੀਆਂ, ਉਹ ਮੁੜ ਤੋਂ ਜਿਹੜੀ ਦੌਰ ਹੈ ਸ਼ੁਰੂ ਹੋ ਸਕਦੀ? ਹੋ ਸਕਦੀ। ਕਿਉਂ? ਆਪਣਾ ਪੰਥ ਆ, ਆਪਣੇ ਕਰਗੀਧਰ ਪਾਤਸ਼ਾਹ ਦਾ ਪੰਥ ਆ, ਹੈ ਆਪਣਾ ਧਰਮ ਆ, ਆਪਾਂ ਆਪਣੇ ਧਰਮ ਨੂੰ ਪਾਉਣੀ ਆ, ਹੋਰ ਕਿਸੇ ਬੰਦੇ ਦੀ ਥੋੜ੍ਹੀ ਗੱਲ ਆ। ਤੂੰ ਆਪਾਂ ਆਪਣੇ ਧਰਮ ਨੂੰ ਬੋਲ। ਨਸ਼ਿਆਂ 'ਤੇ ਠਲ ਕਦੋਂ ਤੱਕ ਪਏਗੀ ਜੀ, ਇਸ ਤਰੀਕੇ ਨਾਲ ਚੱਲੇ? ਉਹ ਨਸ਼ੇ 'ਤੇ ਡੱਕਣ ਡਿਆ ਸੀ, ਅੱਗੇ ਵੀ ਡੱਕਦਾ ਸੀ, ਅੰਮ੍ਰਿਤ ਛਕਾਉਂਦਾ ਸੀ ਅਤੇ ਡੱਕਦਾ ਸੀ ਤੈਨੂੰ ਤਾਂ, ਹੂੰ, ਅਤੇ ਹੁਣ ਚੜ੍ਹਦੀ ਕਲਾ ਹੋ ਗਈ। ਬਿਲਕੁਲ ਦੇਖੋ, ਵਰਸ਼ਾਂ ਦੇ ਉੱਪਰ ਭਾਈ ਅੰਮ੍ਰਿਤਪਾਲ ਸਿੰਘ ਹੋਣਾ ਦੇ ਜਿਹੜੇ ਝੰਡੇ ਆ ਉਹ ਟੰਗੇ ਹੋਏ ਆ, ਨਿਹੰਗ ਸਿੰਘ ਹੋਣੀਆਂ ਫੌਜਾਂ ਗੁਰੂ ਦਾ ਕਹਿ ਲਈਏ ਕਿ ਬਾਣਾ ਪਾ ਕੇ ਚੋਣ ਮੈਦਾਨ ਦੇ ਵਿੱਚ ਉਤਰ ਕੇ ਪ੍ਰਚਾਰ ਕਰ ਰਹੀਆਂ ਹੈਗੀਆਂ ਨੇ। ਖਾਸਾ ਜ਼ੋਰ ਹਰ ਇੱਕ ਉਮੀਦਵਾਰ ਦਾ ਲੱਗਾ ਹੋਇਆ ਆ। ਸੋ ਹੋਰ ਜਿਹੜੀ ਗੱਲਬਾਤ ਜਾਰੀ ਰੱਖਾਂਗੇ। ਭਾਜੀ ਕਿਹਨੂੰ ਦੋਗੇ ਵੋਟ? ਨਹੀਂ ਮੈਂ ਨਹੀਂ ਸਰ ਬੋਲਾਂ। ਉਮੀਦਵਾਰ ਚੰਗਾ ਲੱਗਦਾ? ਸਾਰੇ ਚੰਗੇ ਭਾਜੀ। ਕਿਹਨੂੰ ਵੋਟ ਦੋ? ਕੀ ਕੰਮ ਚੰਗੇ ਹੋ ਸਕਦੇ ਨੇ ਤੁਹਾਡੇ ਹਲਕੇ 'ਚ? ਸਾਰੇ ਚੰਗੇ ਭਾਜੀ। ਦੇਖੋ ਅਸੀਂ ਨੇ ਹਰਭਜਨ ਸਿੰਘ ਈਡੀਓ ਦੇ ਨਾਲ ਆਮ ਆਦਮੀ ਪਾਰਟੀ ਨੂੰ ਦੋਗੇ? ਠੀਕ ਹੈ। ਸੋ ਹੋਰ ਜਿਹੜੀ ਗੱਲਬਾਤ ਜਾਰੀ ਰੱਖਾਂਗੇ ਕਿ ਕਿਹਨੂੰ ਵੋਟ ਦੇਣਗੇ। ਭਾਜੀ ਕਿਹਨੂੰ ਵੋਟ ਪਾਓਗੇ ਇਸ ਵਾਰ? ਇਸ ਵਾਰ ਆਮ ਆਦਮੀ ਪਾਵਾਂਗੇ। ਆਮ ਆਦਮੀ ਪਾਰਟੀ ਨੂੰ ਪਾਓਗੇ? ਬਹੁਤ ਵਧੀਆ ਕੰਮ ਕੀਤੇ ਜੀ, ਬਹੁਤ ਵਧੀਆ ਕੰਮ ਕੀਤੇ ਜੀ। ਕਹਿ ਲਈਏ ਕਿ ਖਾਸਾ ਜ਼ੋਰ ਇਸ ਜਗ੍ਹਾ 'ਤੇ ਵੇਖਣ ਨੂੰ ਮਿਲ ਰਿਹਾ, ਹਰ ਇੱਕ ਉਮੀਦਵਾਰ ਚੰਗੇ ਢੰਗ ਨਾਲ ਇਸ ਜਗ੍ਹਾ 'ਤੇ ਕਹਿ ਲਈਏ ਕਿ ਵਿਚਰ ਰਿਹਾ ਹੈਗਾ ਆ। ਸੋ ਦੇਖਦੇ ਹਾਂ ਕਿ ਹੁਣ ਚੋਣਾਂ ਦਾ ਜਿਹੜਾ ਆਗਾਜ਼ ਆ ਕਿਸ ਤਰੀਕੇ ਬਦਲਦਾ ਆ, ਕੀ ਰੁੱਖ ਲੈ ਕੇ ਆਉਂਦਾ ਆ। 4 ਜੂਨ ਨੂੰ ਰਿਜ਼ਲਟ ਨਿਕਲ ਕੇ ਸਾਹਮਣੇ ਆਏਗਾ, ਉਮੀਦਵਾਰ ਦਾ ਜਿਹੜਾ ਪਰਦਾ ਆ ਉਹ ਹਟਣ ਜਾਊਗਾ, ਕਿਹੜਾ ਉਮੀਦਵਾਰ ਕਿਸ ਹਲਕੇ ਤੋਂ ਚੁਣਿਆ ਜਾਂਦਾ ਆ ਉਹ ਆਉਣ ਵਾਲਾ ਸਮਾਂ ਦੱਸੇਗਾ। ਮੈਨੂੰ ਦਿਓ ਇਜਾਜ਼ਤ ਡੇਲੀ ਡੈਸਕ ਟੀਵੀ ਦੇ ਲਈ। ਮੈਂ ਸਿਮਰਦੀਪ ਸਿੰਘ, ਜੰਡਿਆਲਾ ਗੁਰੂ।